ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅਤੇ ਅੱਜ ਆਪਾਂ ਯੂਟਿਊਬ 'ਤੇ ਨਵਾਂ ਚੈਨਲ ਸਟਾਰਟ ਕਰਨ ਜਾ ਰਹੇ ਹਾਂ ਜੀ, ਜਿਸ ਦਾ ਨਾਮ ਹੈ ਯੂਰੋਪੀਅਨ ਵਲੋਗਰ। ਅਤੇ ਇਸ ਚੈਨਲ ਦੇ ਥਰੂ ਮੈਂ ਤੁਹਾਨੂੰ ਸਾਰਿਆਂ ਨੂੰ ਇਨਫੋਰਮੇਸ਼ਨ ਦੇਣਾ ਚਾਹੁੰਦਾ ਯੂਰਪ ਬਾਰੇ। ਜਿਹੜੇ ਵੀ ਵੀਰ ਯੂਰਪ ਆਉਣਾ ਚਾਹੁੰਦੇ ਆ ਕਿ ਉਹ ਕਿਸ ਤਰੀਕੇ ਨਾਲ ਇੱਥੇ ਯੂਰਪ ਦੇ ਵਿੱਚ ਐਂਟਰੀ ਲੈ ਸਕਦੇ ਆ, ਇੱਥੇ ਕੀ ਕੀ ਕੰਮ ਨੇ ਯੂਰਪ ਦੇ ਵਿੱਚ, ਕੀ ਇਨਕਮ ਹੈ ਤੁਹਾਡੀ, ਅਤੇ ਪੱਕੇ ਹੋਣ ਦੇ ਕੀ ਚਾਂਸਿਸ ਨੇ, ਅਤੇ ਕਿਹੜੀ ਕਿਹੜੀ ਕੰਟਰੀ ਤੁਹਾਡੇ ਲਈ ਬੈਸਟ ਨੇ ਅਗਰ ਤੁਸੀਂ ਯੂਰਪ ਦੇ ਵਿੱਚ ਆਉਣਾ ਚਾਹੁੰਦੇ ਹੋ। ਇਹਨਾਂ ਸਾਰੀ ਚੀਜ਼ਾਂ ਬਾਰੇ ਤੁਹਾਨੂੰ ਇਨਫੋਰਮੇਸ਼ਨ ਦੇਵਾਂਗੇ ਵਲੋਗਸ ਦੇ ਥਰੂ। ਕਿਰਪਾ ਕਰਕੇ ਪਲੀਜ਼ ਤੁਸੀਂ ਚੈਨਲ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰ ਲਓ, ਅਤੇ ਵੱਧ ਤੋਂ ਵੱਧ ਆਪਣੇ ਮਿੱਤਰਾਂ ਨਾਲ ਸ਼ੇਅਰ ਕਰੋ, ਅਤੇ ਬੈੱਲ ਆਈਕਨ ਜ਼ਰੂਰ ਦੱਬ ਦਿਓ ਕਿਉਂਕਿ ਆਪਣਾ ਚੈਨਲ ਆ ਰਿਹਾ ਨਵਾਂ, ਇਸ ਦੀ ਰੀਚ ਬਹੁਤ ਘੱਟ ਹੈ। ਬੈੱਲ ਆਈਕਨ ਦੱਬਣ ਨਾਲ ਕੀ ਹੋਏਗਾ, ਜਿਹੜੇ ਜਿਹੜੀ ਮੈਂ ਵੀਡੀਓਸ ਅਪਲੋਡ ਕਰੂੰਗਾ ਤੁਹਾਡੇ ਕੋਲ ਨੋਟੀਫਿਕੇਸ਼ਨ ਆ ਜਾਊਗਾ ਜਦੋਂ ਮੈਂ ਨਵੀਂ ਵੀਡੀਓ ਅਪਲੋਡ ਕਰੂੰਗਾ। ਅਤੇ ਤੁਹਾਡੇ ਸਾਰਿਆਂ ਦੀ ਸਪੋਰਟ ਦੀ ਲੋੜ ਹੈ ਚੈਨਲ ਨੂੰ ਗਰੋ ਕਰਨ ਲਈ। ਕਿਰਪਾ ਕਰਕੇ ਪਲੀਜ਼ ਚੈਨਲ ਨੂੰ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ, ਅਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਕਿਸ ਤਰ੍ਹਾਂ ਦੀ ਵੀਡੀਓ ਅਤੇ ਕੰਟੈਂਟ ਤੁਹਾਨੂੰ ਕਿਵੇਂ ਦਾ ਚਾਹੀਦਾ, ਅਤੇ ਮੈਂ ਟਰਾਈ ਕਰੂੰਗਾ ਉਸ ਤਰ੍ਹਾਂ ਦੀ ਵੀਡੀਓਜ਼ ਅਪਲੋਡ ਕਰਨ ਦੀ। ਉਸ ਤੋਂ ਬਾਅਦ ਗੱਲ ਕਰਦੇ ਹਾਂ ਕਿ ਮੇਰਾ ਚੈਨਲ ਖੋਲ੍ਹਣ ਦਾ ਮੋਟਿਵ ਕੀ ਹੈ। ਮੈਂ ਇਸ ਚੈਨਲ ਦੇ ਥਰੂ ਤੁਹਾਨੂੰ ਤੁਹਾਡੀ ਸਾਰਿਆਂ ਦੀ ਹੈਲਪ ਕਰਨਾ ਚਾਹੁੰਦਾ ਯੂਰਪ ਆਉਣ ਦੇ ਵਿੱਚ, ਅਤੇ ਕਿਉਂਕਿ ਜ਼ਿਆਦਾਤਰ ਯੂਟਿਊਬ ਦੇ ਉੱਤੇ ਵਲੋਗਸ ਨੇ ਜੋ ਉਹ ਕੈਨੇਡਾ, UK, ਆਸਟ੍ਰੇਲੀਆ, ਨਿਊਜ਼ੀਲੈਂਡ, ਇਹਨਾਂ ਕੰਟਰੀਜ਼ ਦੇ ਉੱਤੇ ਜ਼ਿਆਦਾ ਵਲੋਗਸ ਨੇ, ਅਤੇ ਇਨਫੋਰਮੇਸ਼ਨ ਇਹਨਾਂ ਕੰਟਰੀਜ਼ ਦੇ ਬਾਰੇ ਜ਼ਿਆਦਾ ਯੂਟਿਊਬ ਦੇ ਉੱਤੇ, ਬਟ ਯੂਰਪ ਦੇ ਬਾਰੇ ਬਹੁਤ ਹੀ ਘੱਟ ਅਤੇ ਲਿਮਿਟਡ ਜੀ ਇਨਫੋਰਮੇਸ਼ਨ ਹੈ। ਅਤੇ ਮੈਂ ਕੋਸ਼ਿਸ਼ ਕਰੂੰਗਾ ਆਪਣੇ ਵੱਲੋਂ ਵੱਧ ਤੋਂ ਵੱਧ ਤੁਹਾਨੂੰ ਔਥੈਂਟਿਕ ਇਨਫੋਰਮੇਸ਼ਨ ਦੇਣ ਦੀ ਇਸ ਚੈਨਲ ਦੇ ਥਰੂ, ਤਾਂ ਕਿ ਤੁਹਾਡੀ ਸਾਰਿਆਂ ਦੀ ਹੈਲਪ ਹੋ ਸਕੇ ਅਗਰ ਤੁਸੀਂ ਯੂਰਪ ਆਉਣਾ ਚਾਹੁੰਦੇ ਹੋ। ਮੈਂ ਵੀ ਆਪਣੇ ਵੱਲੋਂ ਟਰਾਈ ਕਰੂੰਗਾ, ਅਗਰ ਤੁਸੀਂ ਆਉਣਾ ਚਾਹੁੰਦੇ ਹੋ ਜਾਂ ਤੁਹਾਡੇ ਕੋਈ ਕੁਐਸਚਨ ਨੇ ਜਾਂ ਕੁਇਰੀਜ਼ ਨੇ, ਉਹਨਾਂ ਸਾਰਿਆਂ ਦੀ ਮੈਂ ਵੀਡੀਓਜ਼ ਦੇ ਥਰੂ ਆਨਸਰ ਕਰਨ ਦੀ ਕੋਸ਼ਿਸ਼ ਕਰੂੰਗਾ ਵੀਡੀਓ ਦੇ ਥਰੂ। ਅਤੇ ਤੁਹਾਡੇ ਸਾਰਿਆਂ ਦੀ ਸਪੋਰਟ ਦੀ ਲੋੜ ਹੈ ਜੀ, ਪਲੀਜ਼ ਚੈਨਲ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ। ਅਤੇ ਇਸ ਦੇ ਨਾਲ ਹੀ ਆਪਾਂ ਅੱਜ ਦੀ ਵੀਡੀਓ ਕਰਦੇ ਹਾਂ ਐਂਡ। ਇਹ ਮੈਂ ਵੀਡੀਓ ਜ਼ਿਆਦਾ ਲੰਬੀ ਨਹੀਂ ਕਰਨਾ ਚਾਹੁੰਦਾ ਸੀਗਾ, ਜਸਟ ਇੰਟਰੋਡਕਟਰੀ ਵੀਡੀਓ ਬਣਾਉਣੀ ਸੀ ਮੈਂ। ਅਤੇ ਜਲਦੀ ਆਪਾਂ ਨੈਕਸਟ ਵਲੋਗ ਦੇ ਵਿੱਚ ਮਿਲਦੇ ਹਾਂ, ਉਦੋਂ ਤੱਕ ਆਪਾਂ ਧਿਆਨ ਰੱਖਿਓ। ਹੋਪ ਕਰਾਂ ਤੁਹਾਡੀ ਸਾਰੀ ਫੈਮਿਲੀ ਦਾ, ਤੁਸੀਂ ਸਾਰੇ ਤੰਦਰੁਸਤ ਹੋਵੋਗੇ। ਅਤੇ ਇਸ ਦੇ ਨਾਲ ਹੀ ਇਜਾਜ਼ਤ ਦਿਓ ਜੀ, ਧੰਨਵਾਦ ਤੁਹਾਡਾ ਸਾਰਿਆਂ ਦਾ, ਸਤਿ ਸ਼੍ਰੀ ਅਕਾਲ।